ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਹਰ ਐਤਵਾਰ, ਹਰ ਬੁੱਧਵਾਰ ਪਿੰਡ ਡਸਕੇ ਦੇ ਵਿੱਚ ਆਪਾਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦੇ ਹਾਂ। ਡਸਕੇ ਪਿੰਡ ਦੇ ਬਾਹਰ ਬਾਹਰ ਦਸ਼ਮੇਸ਼ ਨਗਰ ਗੁਰਦੁਆਰਾ ਸਾਹਿਬ ਹੈ, ਜਿੱਥੇ ਆਪਾਂ ਦਵਾਈ ਦਿੰਦੇ ਹਾਂ। ਤੁਸੀਂ ਇੱਥੇ ਆ ਕੇ ਐਤਵਾਰ ਨੂੰ ਅਤੇ ਬੁੱਧਵਾਰ ਨੂੰ ਮੈਨੂੰ ਮਿਲ ਸਕਦੇ ਹੋ। ਆਪਣੇ ਇਲਾਜ ਨਬਜ਼ ਦਿਖਾ ਕੇ ਗਰੰਟੀ ਦੇ ਨਾਲ ਹਰ ਇੱਕ ਰੋਗ ਦਾ ਇਲਾਜ ਕਰਵਾ ਸਕਦੇ ਹੋ। ਜਿਹੜੇ ਕਈ ਕਈ ਸਾਲਾਂ ਤੋਂ, ਵੱਡੀਆਂ ਤੋਂ ਲੈ ਕੇ ਛੋਟੀਆਂ ਤੋਂ ਲੈ ਕੇ ਬਿਮਾਰੀਆਂ ਨਾਲ ਜੂਝ ਰਹੇ ਨੇ, ਠੀਕ ਨਹੀਂ ਹੋ ਰਹੇ, ਜ਼ਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ, ਹਰ ਬੁੱਧਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣਾ ਇਲਾਜ ਨਬਜ਼ ਦਿਖਾ ਕੇ ਗਰੰਟੀ ਦੇ ਨਾਲ ਕਰਵਾ ਸਕਦੇ ਹੋ, ਦੇਸੀ ਆਯੁਰਵੇਦਿਕ ਜੜੀ ਬੂਟੀਆਂ ਦੇ ਨਾਲ। ਸੋ ਬਾਕੀ ਜਿੰਨੇ ਤੁਸੀਂ ਸਾਡੇ ਨਾਲ ਜੁੜੇ ਹੋ, ਤੁਹਾਡਾ ਸਭ ਦਾ ਧੰਨਵਾਦ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਇਹ ਲਾਲ ਬਟਨ ਦਬਾ ਕੇ ਤੁਹਾਡੀ ਸਕਰੀਨ 'ਤੇ ਜੋ ਦਿਸ ਰਿਹਾ, ਨਾਲ ਬੈੱਲ ਵਾਲਾ ਬਟਨ ਦਬਾ ਕੇ ਚੈਨਲ ਦੇ ਹਿੱਸੇਦਾਰ ਬਣ ਜਾਓ, ਸਾਡੀ ਟੀਮ ਦੇ ਹਿੱਸੇਦਾਰ ਬਣ ਜਾਓ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲ ਦੇ ਆਧਾਰ 'ਤੇ ਪਹੁੰਚ ਸਕੇ। ਸੋ ਤੁਹਾਡਾ ਸਭ ਦਾ ਧੰਨਵਾਦ। ਬਾਕੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਜੋ ਹਰ ਇੱਕ ਤੱਕ ਇਹ ਨੁਸਖੇ ਪਹੁੰਚ ਸਕਣ, ਇਹ ਗਿਆਨ ਪਹੁੰਚ ਸਕੇ, ਅਗਲਾ ਘਰ ਬਹਿ ਕੇ ਵੀ ਆਪਣੇ ਇਲਾਜ ਆਪ ਕਰ ਸਕੇ। ਕਿਉਂਕਿ ਕਿਸੇ ਰੋਂਦੇ ਨੂੰ ਹਸਾਉਣਾ, ਡਿੱਗੇ ਨੂੰ ਉਠਾਉਣਾ, ਕਿਸੇ ਦੁਖੀ ਨੂੰ ਸੁਖੀ ਕਰਨਾ, ਇਹ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ, ਅਤੇ ਆਪਾਂ ਇਹ ਗਿਆਨ ਨੂੰ ਅੱਗੇ ਵੀ ਵੰਡਣਾ ਸਾਰਾ। ਇਹ ਨਹੀਂ ਵੀ ਆਪਣੇ ਤੱਕ ਸੀਮਤ ਰੱਖੋ, ਮੇਰੇ ਕੋਲ ਜਿੰਨਾ ਕੁ ਗਿਆਨ ਹੈ, ਜਿੰਨਾ ਕੁ ਮਹਾਂਪੁਰਸ਼ਾਂ ਨੇ ਦਿੱਤਾ, ਮੈਂ ਤੁਹਾਡੀ ਝੋਲੀ ਦੇ ਵਿੱਚ ਪਾ ਦੇਣਾ। ਇੱਕ ਇੱਕ ਨੁਸਖਾ ਕਰਕੇ ਅਸੀਂ ਰੋਜ਼ ਤੁਹਾਡੀ ਝੋਲੀ ਦੇ ਵਿੱਚ ਇਹ ਮੋਤੀ ਨੇ ਜਿਹੜੇ ਪਾ ਰਹੇ ਹਾਂ, ਇਹਨਾਂ ਨੂੰ ਸਾਂਭਣਾ ਨਾ ਸਾਂਭਣਾ ਤੁਹਾਡੀ ਮਰਜ਼ੀ ਹੈ ਭਾਈ। ਸੋ ਅੱਜ ਜਿਹੜਾ ਨੁਸਖਾ ਮੈਂ ਤੁਹਾਡੇ ਕੋਲ ਲੈ ਕੇ ਆਇਆ, ਮਹਾਂਪੁਰਸ਼ਾਂ ਦਾ ਤੁਹਾਡੀ ਝੋਲੀ ਦੇ ਵਿੱਚ ਪਾਉਣਾ ਆ, ਉਹ ਕੰਨ ਨਾਲ ਸੰਬੰਧਿਤ ਹੈ। ਸਿਆਣੇ ਕਹਿੰਦੇ ਨਾ, ਕੰਨ ਗਏ ਅਤੇ ਰਾਗ ਗਿਆ, ਦੰਦ ਗਏ ਅਤੇ ਸਵਾਦ ਗਿਆ, ਅੱਖਾਂ ਗਈਆਂ ਅਤੇ ਜਹਾਨ ਗਿਆ। ਸੋ ਕੰਨ ਹੈ ਜਿਹੜਾ, ਇਹ ਬਹੁਤ ਹੀ ਜ਼ਰੂਰੀ ਹੈ ਸਾਡੇ ਲਈ। ਇਹਦੀ ਦੇਖਭਾਲ ਜ਼ਰੂਰ ਕਰਦੇ ਰਿਹਾ ਕਰੋ, ਇਹਦੀ ਸਾਫ਼ ਸਫਾਈ ਜ਼ਰੂਰ ਜ਼ਰੂਰੀ ਹੈ। ਪਰ ਇਹਦੇ ਵਿੱਚ ਜਦੋਂ ਦਿੱਕਤ ਆ ਜਾਏ, ਅਤੇ ਜਦੋਂ ਇਹ ਦਿੱਕਤ ਆਈ ਹੈ, ਉਹੀ ਇਸ ਫਿਰ ਦੁੱਖ ਨੂੰ ਸਮਝ ਸਕਦਾ। ਕੰਨ ਦਾ ਕੋਈ ਵੀ ਰੋਗ ਹੈ, ਉਹਦੇ ਵਾਸਤੇ ਕੁਝ ਕੁ ਮੈਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਨੁਸਖੇ ਤੁਹਾਡੀ ਝੋਲੀ 'ਚ ਪਾਉਣ ਲੱਗਿਆਂ। ਸਾਰਿਆਂ ਨਾਲੋਂ ਪਹਿਲਾਂ ਜੇ ਕਿਸੇ ਦਾ ਕੰਨ ਡੁੱਲਦਾ, ਕੰਨ ਦੇ ਵਿੱਚੋਂ ਪੀਕ ਆਉਂਦੀ ਹੈ, ਉਹਦੇ ਵਾਸਤੇ ਬਹੁਤ ਹੀ ਵਧੀਆ ਪਾਵਰਫੁੱਲ ਨੁਸਖਾ ਤੁਹਾਡੀ ਝੋਲੀ ਦੇ ਵਿੱਚ ਮੈਂ ਪਾ ਦਿਆਂ। ਥੋੜ੍ਹਾ ਜਿਹਾ ਮਿੱਠਾ ਸੋਡਾ ਲੈ ਲਓ, ਚੂੰਡੀ ਕੁ ਕੰਨ ਦੇ ਵਿੱਚ ਪਾ ਕੇ, ਜਿਹੜਾ ਕੰਨ ਡੁੱਲਦਾ ਉਹਦੇ ਵਿੱਚ 5-6 ਕੁ ਬੂੰਦਾਂ ਨਿੰਬੂ ਦੇ ਰਸ ਦੀਆਂ ਨਿਚੋੜ ਦਿਓ, ਉਹ ਇੱਕਦਮ ਉਬਲਣਾ ਸ਼ੁਰੂ ਹੋ ਜਾਏਗਾ ਅਤੇ ਸਾਰਾ ਗੰਦਗੀ ਬਾਹਰ ਨਿਕਲੇਗੀ। ਬਸ ਰੋਜ਼ ਇੱਕ ਵਾਰੀ ਇੱਦਾਂ ਕਰ ਲਿਆ ਕਰੋ, ਉਦੋਂ ਬਾਅਦ ਰੂੰ ਲਾ ਕੇ ਬੰਦ ਕਰ ਦਿਓ, ਅਤੇ ਮੈਂ ਗਰੰਟੀ ਨਾਲ ਕਹਿ ਸਕਦਾ ਕੰਨ ਡੁੱਲਣਾ ਤੁਹਾਡਾ ਹਫ਼ਤੇ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ ਇਸ ਨੁਸਖੇ ਨਾਲ। ਦੂਸਰਾ ਹੈਗਾ, ਕੰਨ ਦੇ ਵਿੱਚ ਕੋਈ ਜ਼ਖਮ ਹੋ ਜਾਂਦਾ, ਫਿਣਸੀਆਂ ਹੋ ਜਾਂਦੀਆਂ ਨੇ, ਕੰਨ ਦੇ ਵਿੱਚ ਦਰਦ ਜ਼ਿਆਦਾ ਹੁੰਦਾ, ਤਾਂ ਉਹਦੇ ਵਾਸਤੇ ਸਾਰਿਆਂ ਨਾਲੋਂ ਵਧੀਆ ਪੰਸਾਰੀਆਂ ਦੇ ਮਿਲ ਜਾਣਗੀਆਂ ਤੁਹਾਨੂੰ, ਪੀਲੀਆਂ ਕੌਡੀਆਂ, ਪੀਲੀਆਂ ਕੌਡੀਆਂ ਲੈ ਲਓ 50 ਕੁ ਗ੍ਰਾਮ, ਉਹਨਾਂ ਨੂੰ ਚੰਗੀ ਤਰ੍ਹਾਂ ਸਾੜ ਕੇ ਪੀਸ ਦਿਓ, ਬਰੀਕ ਕਰ ਲਓ ਸਾੜ ਕੇ, ਔਰ ਉਹਦੇ ਵਿੱਚ ਤੁਸੀਂ ਜਿਹੜਾ ਉਹ ਗੁੱਲ ਰੋਗਣ ਮਿਲੂਗਾ, ਗੁੱਲ ਰੋਗਣ ਇਹ ਪੰਸਾਰੀਆਂ ਦਾ ਮਿਲੂਗਾ, ਇਹਦੇ ਵਿੱਚ ਚੰਗੀ ਤਰ੍ਹਾਂ 50 ਗ੍ਰਾਮ ਕੌਡੀਆਂ 'ਚ 100 ਕੁ ਗ੍ਰਾਮ ਗੁੱਲ ਰੋਗਣ ਦੀ ਸੀਸੀ ਲੈ ਕੇ ਉਹਦੇ ਵਿੱਚ ਮਿਕਸ ਕਰ ਲਓ ਚੰਗੀ ਤਰ੍ਹਾਂ, 10-10 ਬੂੰਦਾਂ ਸਵੇਰੇ ਸ਼ਾਮ ਦੋਨਾਂ ਕੰਨਾਂ 'ਚ, 5 ਇੰਦਰ 5 ਇੱਧਰ, ਸਵੇਰੇ ਸ਼ਾਮ ਇਹ 10 ਬੂੰਦਾਂ ਪਾਉਣੀਆਂ ਨੇ, ਦੋਨੇ ਕੰਨਾਂ 'ਚ ਪਾਇਆ ਕਰੋ, ਜਿਸ 'ਚ ਜ਼ਖਮ ਹੈ ਉਹਦੇ 'ਚ ਵੀ ਨਾਲ ਦੂਸਰੇ 'ਚ ਵੀ, ਰਾਤ ਨੂੰ ਵੀ ਸਵੇਰੇ ਵੀ ਦੋਨੇ ਟਾਈਮ ਪੀਲੀਆਂ ਕੌਡੀਆਂ ਸਾੜ ਕੇ ਉਹਦਾ ਚੰਗੀ ਤਰ੍ਹਾਂ ਸਵਾਹ ਪੀਸ ਕੇ ਬਣਾ ਲਓ, ਅਤੇ ਗੁੱਲ ਰੋਗਣ ਦੇ ਵਿੱਚ 100 ਗ੍ਰਾਮ ਦੇ ਵਿੱਚ 50 ਗ੍ਰਾਮ ਇਹ ਕੌਡੀਆਂ ਮਿਲਾ ਕੇ ਚੰਗੀ ਤਰ੍ਹਾਂ 10 ਬੂੰਦਾਂ ਵਰਤਣੀਆਂ ਨੇ, 5 ਇੱਧਰ 5 ਇੱਧਰ, ਸਵੇਰੇ ਸ਼ਾਮ 2 ਟਾਈਮ, ਕੰਨ ਦਾ ਜ਼ਖਮ, ਫਿਣਸੀਆਂ, ਕੰਨ ਦਾ ਦੁਖਣਾ ਬਿਲਕੁਲ ਗਰੰਟੀ ਦੇ ਨਾਲ ਇਹ ਵੀ ਠੀਕ ਹੋ ਜਾਂਦਾ ਇਸ ਨੁਸਖੇ ਨਾਲ। ਅੱਛਾ ਜੀ, ਦੂਜੇ ਨੰਬਰ 'ਤੇ ਬੌਲਾਪਨ ਕੰਨਾਂ ਦਾ ਆ ਜਾਂਦਾ, ਘੱਟ ਸੁਣਾਈ ਆਉਣ ਆ ਜਾਂਦਾ, ਇਹਦੇ ਵਾਸਤੇ ਬਹੁਤ ਸੋਹਣਾ ਨੁਸਖਾ ਹੁੰਦਾ, ਕੌੜੇ ਬਦਾਮਾਂ ਦਾ ਰੋਗਣ ਲੈ ਲਓ, ਕੌੜੇ ਜਿਹੜੇ ਕੌੜੇ ਬਦਾਮ ਹੁੰਦੇ ਆ ਇਹਨਾਂ ਕੌੜੇ ਬਦਾਮਾਂ ਦਾ ਰੋਗਣ ਲੈ ਲਓ, ਅਤੇ ਉਹਦੇ ਵਿੱਚ ਨਾਲ ਹੀ ਤੁਸੀਂ
ਤਾਰਪੀਨ ਦਾ ਤੇਲ, ਇਹ ਦੋਨੇ ਇੱਕ ਇੱਕੋ ਜਿੰਨੇ ਲੈ ਲਓ, 50-50 ਗ੍ਰਾਮ ਲੈ ਲਓ। ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੁਸੀਂ ਇਹਦੀਆਂ 5-5 ਬੂੰਦਾਂ ਸਵੇਰੇ ਸ਼ਾਮ ਪਾਉਣ ਲੱਗ ਜਾਓ। ਕੰਨਾਂ ਦਾ ਬੌਲਾਪਨ, ਕੰਨਾਂ ਦਾ ਜ਼ਿਆਦਾ, ਕੰਨਾਂ ਅੱਗੇ ਝੱਪੇ ਜੇ ਆ ਜਾਂਦੇ ਆ ਅਤੇ ਕੰਨਾਂ ਦੇ ਵਿੱਚ ਘੱਟ ਸੁਣਾਈ ਦੇਣਾ, ਇਹ ਬਿਲਕੁਲ ਇਸ ਨੁਸਖੇ ਦੇ ਨਾਲ ਗਰੰਟੀ ਨਾਲ ਠੀਕ ਹੋ ਜਾਂਦਾ 2-3 ਮਹੀਨੇ ਵਰਤੋਂ ਲਗਾਤਾਰ। ਇਸੇ ਤਰ੍ਹਾਂ ਕੰਨ ਦੇ ਵਿੱਚ ਕੋਈ ਜ਼ਿਆਦਾ ਫਿਣਸੀ ਵੱਡੀ ਹੋ ਜੇ ਉਹਨੂੰ ਛੇਤੀ ਠੀਕ ਕਰਨਾ ਹੈ ਅਤੇ ਨਿੰਮ ਦੇ ਪੱਤੇ ਚੰਗੀ ਤਰ੍ਹਾਂ ਜਿਹੜੇ ਉੱਪਰ ਹਰੇ ਨਿਕਲੇ ਹੁੰਦੀਆਂ ਨੇ ਕੱਚੀਆਂ ਕਰੂੰਬਲਾਂ, ਉਹਨਾਂ ਨੂੰ ਤੋੜ ਕੇ ਉਹਨੂੰ ਚੰਗੀ ਤਰ੍ਹਾਂ ਚਟਣੀ ਬਣਾ ਕੇ ਉਹਦਾ ਰਸ ਕੱਢ ਲਓ ਅਤੇ ਸ਼ਹਿਦ ਦੇ ਵਿੱਚ ਉਨੇ ਹੀ ਸ਼ਹਿਦ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਮਿਲਾ ਲਓ। ਸਵੇਰੇ ਸ਼ਾਮ 2 ਟਾਈਮ 5-5 ਬੂੰਦਾਂ ਪਾਓ। ਕੰਨ ਦੇ ਵਿੱਚ ਜਿੱਡਾ ਮਰਜ਼ੀ ਜ਼ਖਮ ਹੈ, ਜਿੱਡੀਆਂ ਮਰਜ਼ੀ ਫਿਣਸੀਆਂ ਹੋਈਆਂ ਨੇ, ਬਿਲਕੁਲ ਗਰੰਟੀ ਦੇ ਨਾਲ ਇਹ ਵੀ ਠੀਕ ਹੋ ਜਾਂਦੀਆਂ ਨੇ। ਬਾਕੀ ਦੇਸੀ ਗਾਂ ਦਾ ਪਿਸ਼ਾਬ ਹੈ ਜਿਹੜਾ, ਤੁਹਾਨੂੰ ਭਾਵੇਂ ਦੀ ਕੰਨ ਦਾ ਕੋਈ ਰੋਗ ਨਹੀਂ, ਦੇਸੀ ਗਾਂ ਦਾ ਪਿਸ਼ਾਬ ਤੁਸੀਂ ਰੋਜ਼ ਕੰਨ ਦੇ ਵਿੱਚ ਰਾਤ ਨੂੰ ਸੌਣ ਲੱਗਿਆਂ 2-2, 3-3 ਡਰੋਪ ਪਾਉਣੇ ਸ਼ੁਰੂ ਕਰ ਦਿਉ ਅਤੇ ਨਾਲ ਹੀ ਅੱਖਾਂ ਦੇ ਵਿੱਚ 2-2 ਡਰੋਪ ਪਾਉਣੇ ਸ਼ੁਰੂ ਕਰ ਦਿਉ ਤਾਂ ਮੈਂ ਜ਼ਿੰਦਗੀ 'ਚ ਕਹਿ ਸਕਦਾ ਤੁਹਾਨੂੰ ਕਦੇ ਅੱਖ ਦਾ ਕੋਈ ਰੋਗ ਨਹੀਂ ਆ ਸਕਦਾ, ਕਦੇ ਕੰਨ ਦਾ ਕੋਈ ਰੋਗ ਨਹੀਂ ਆ ਸਕਦਾ, ਸਿਰਫ਼ ਦੇਸੀ ਗਾਂ ਦੇ ਪਿਸ਼ਾਬ ਨਾਲ। ਰਾਤ ਨੂੰ ਸੌਣ ਲੱਗਿਆਂ 2-2 ਡਰੋਪ ਅੱਖਾਂ 'ਚ, 2-2 ਡਰੋਪ ਕੰਨ ਦੇ ਵਿੱਚ ਪਾਉਣੇ ਸ਼ੁਰੂ ਕਰ ਦਿਉ। ਤੰਦਰੁਸਤ ਬੰਦਾ ਵੀ ਤਾਂ ਉਹਨੂੰ ਜ਼ਿੰਦਗੀ 'ਚ ਕਦੇ ਕੰਨ ਦਾ ਅਤੇ ਅੱਖ ਦਾ ਰੋਗ ਨਹੀਂ ਆ ਸਕਦੇ। ਦੇਸੀ ਗਾਂ ਦਾ ਘਿਓ ਕੰਨ ਦੇ ਵਾਹਿਗੁਰੂ ਨੱਕ ਦੇ ਵਿੱਚ ਪਾਉਣਾ ਸ਼ੁਰੂ ਕਰ ਦਿਉ ਰਾਤ ਨੂੰ ਸੌਣ ਲੱਗਿਆਂ, ਤਾਂ ਤੁਹਾਨੂੰ ਕਦੇ ਨੱਕ ਸੰਬੰਧੀ ਕੋਈ ਰੋਗ ਨਹੀਂ ਆਏਗਾ। ਸੋ ਇਹਨਾਂ ਨੁਸਖਿਆਂ ਨੂੰ, ਮਹਾਂਪੁਰਸ਼ਾਂ ਦਿਆਂ ਨੂੰ ਦੱਸਿਆਂ ਨੂੰ ਮੈਂ ਤੁਹਾਡੀ ਝੋਲੀ 'ਚ ਪਾ ਰਿਹਾ ਤਾਂ ਉਮੀਦ ਕਰਦਾ ਵੀ ਤੁਸੀਂ ਇਹਨਾਂ ਤੋਂ ਬਹੁਤ ਫਾਇਦਾ ਲੈ ਰਹੇ ਹੋ। ਅੱਗੇ ਜ਼ਰੂਰ ਦੱਸਿਆ ਕਰੋ ਤਾਂ ਜੋ ਹਰ ਇੱਕ ਦਾ ਭਲਾ ਹੋ ਸਕੇ, ਕੋਈ ਰੋਂਦੇ ਨੂੰ ਹਸਾ ਸਕੀਏ, ਡਿੱਗੇ ਨੂੰ ਉਠਾ ਸਕੀਏ, ਕਿਸੇ ਦੁਖੀ ਨੂੰ ਸੁਖੀ ਕਰ ਸਕੀਏ, ਕਿਸੇ ਰੋਗੀ ਨੂੰ ਤੰਦਰੁਸਤ ਕਰ ਸਕੀਏ, ਆਪਣਾ ਇਹੀ ਮਕਸਦ ਹੈ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਬਾਕੀ ਆਪ ਸੁਣ ਕੇ ਅੱਗੇ ਹੋਰ ਦੱਸਿਆ ਕਰੋ ਇਹਨਾਂ ਨੂੰ ਅੱਗੇ ਦੀ ਅੱਗੇ, ਕਿਉਂਕਿ ਘਰ ਘਰ ਦੇ ਵਿੱਚ ਵੈਦ, ਘਰ ਘਰ ਦੇ ਵਿੱਚ ਆਯੁਰਵੇਦ ਦਾ ਬੋਲਬਾਲਾ ਹੋਏਗਾ। ਆਪਣੇ ਡਾਕਟਰ ਅਸੀਂ ਆਪ ਬਣਾਂਗੇ ਘਰਾਂ ਦੇ ਵਿੱਚ, ਤਾਂ ਹੀ ਸਾਡੀ ਹੋਰ ਹੀ ਲੁੱਟ ਤੋਂ ਅਸੀਂ ਬਚ ਸਕਦੇ ਹਾਂ, ਤਾਂ ਹੀ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਸਾਡੇ ਨਾਲ ਜੁੜੇ ਹੋ ਭਾਈ, ਵਿਦੇਸ਼ਾਂ ਦੇ ਵਿੱਚ ਜਿੰਨੇ ਸਾਡੇ ਨਾਲ ਜੁੜੇ ਹੋ, ਇੰਡੀਆ ਦੇ ਵਿੱਚ ਜਿੰਨੇ ਜੁੜੇ ਹੋ, ਤੁਹਾਡਾ ਸਭ ਦਾ ਧੰਨਵਾਦ ਤਹਿ ਦਿਲੋਂ, ਜੋ ਸਾਡੇ ਨਾਲ ਜੁੜ ਕੇ, ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਆਯੁਰਵੇਦ ਦੇ ਪ੍ਰਚਾਰ ਦੇ ਵਿੱਚ ਚੱਲ ਰਹੇ ਹੋ। ਬਾਕੀ ਜਿਨ੍ਹਾਂ ਨੇ ਮੈਨੂੰ ਮਿਲਣਾ ਹੁੰਦਾ, ਪਹਿਲਾਂ ਆਪਾਂ ਐਤਵਾਰ ਨੂੰ ਮਿਲਦੇ ਸੀ, ਹੁਣ ਆਪਾਂ ਐਤਵਾਰ ਅਤੇ ਬੁੱਧਵਾਰ 2 ਦਿਨ ਤਾਂ ਕਰ ਦਿੱਤੇ ਆ, ਕਿਉਂਕਿ ਸੰਗਤ ਜ਼ਿਆਦਾ ਆਉਂਦੀ ਸੀ, ਫਿਰ ਕਈ ਦੂਰੋਂ ਆਏ ਹੁੰਦੇ, ਉਹਨਾਂ ਨੂੰ ਟਾਈਮ ਨਾ ਲੱਗੇ, ਇਸ ਕਰਕੇ ਆਪਾਂ ਐਤਵਾਰ ਅਤੇ ਬੁੱਧਵਾਰ ਪਿੰਡ ਡਸਕਾ, ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਲਹਿਰਾ ਗਾਗਾ ਲੱਗਦੀ ਹੈ ਭਾਈ ਇਹਨੂੰ, ਤਾਂ ਪਿੰਡ ਦੇ ਬਾਹਰ ਬਾਹਰ ਗੁਰਦੁਆਰਾ ਹੈਗਾ ਦਸ਼ਮੇਸ਼ ਨਗਰ, ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਮਿਲ ਕੇ ਮੈਨੂੰ ਆਪਣੇ ਗਰੰਟੀ ਦੇ ਨਾਲ ਤੁਸੀਂ ਆਪਣੇ ਇਲਾਜ ਨਬਜ਼ ਦਿਖਾ ਕੇ ਆਯੁਰਵੇਦਿਕ ਜੜੀ ਬੂਟੀਆਂ ਦੇ ਨਾਲ ਮਹਾਂਪੁਰਸ਼ਾਂ ਦੇ ਦੱਸੇ ਨੁਸਖਿਆਂ ਨਾਲ ਕਰਾ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ, ਸਭ ਦੇ ਤਹਿ ਦਿਲੋਂ ਧੰਨਵਾਦ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਜ਼ਰੂਰ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਬਾਕੀ ਜਿੰਨੇ ਸਾਡੇ ਨਾਲ ਜੁੜੇ ਹੋ ਤੁਹਾਡਾ ਫਿਰ ਸਭ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।